ਉੱਤਰੀ ਕੋਰੀਆ ਨਾਲ ਪਰਮਾਣੂ ਪਰੀਖਣਾ ਨੂੰ ਲੈ ਕੇ ਟਕਰਾਅ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਦੇ ਸਭ ਤੋਂ ਕਰੀਬੀ ਦੇਸ਼ ਦੱਖਣੀ ਕੋਰੀਆ ਦੀ ਯਾਤਰਾ ਤੇ ਇੱਥੇ ਪਹੁੰਚ ਚੁੱਕੇ ਨੇ। ਜੀ ਹਾਂ, ਟਰੰਪ ਦੀ ਯਾਤਰਾ ਨਾਲ ਉੱਤਰੀ ਕੋਰੀਆ ਨਾਲ ਤਣਾਅ ਹੋਰ ਜ਼ਿਆਦਾ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਟਰੰਪ ਦੇ ਜਹਾਜ਼ ਏਅਰਫੋਰਸ ਵਨ ਦੀ ਰਾਜਧਾਨੀ ਸੋਲ ਦੇ ਬਾਹਰ ਸਥਿਤ ਉਸਾਨ ਹਵਾਈ ਅੱਡੇ ਤੇ ਪਹੁੰਚਣ ਤੋਂ ਬਾਅਦ ਉਹਨਾਂ ਦਾ ਰੈੱਡ ਕਾਰਪੇਟ ਨਾਲ ਸਵਾਗਤ ਕੀਤਾ ਗਿਆ। ਟਰੰਪ ਨੇ ਦੱਖਣੀ ਕੋਰੀਆ ਦੀ ਇੱਕ ਦਿਨੀ ਯਾਤਰਾ ਦੀ ਸ਼ੁਰੂਆਤ ਹਵਾਈ ਅੱਡੇ ਤੇ ਰਸਮੀ ਗਾਰਡ ਆਫ ਆਨਰ ਨਾਲ ਕੀਤੀ। ਵਾਈਟ ਹਾਊਸ ਦਾ ਕਹਿਣਾ ਹੈ ਕਿ ਟਰੰਪ ਦੀ ਯਾਤਰਾ ਦਾ ਉਦੇਸ਼ ਉੱਤਰੀ ਕੋਰੀਆਈ ਪਰਮਾਣੂ ਅਤੇ ਮਿਜ਼ਾਈਲ ਪਰੀਖਣਾਂ ਲਈ ਅਮਰੀਕੀ ਦ੍ਰਿਸ਼ਟੀਕੋਣ ਦਾ ਹੱਲ ਕੱਢਣਾ ਹੈ। ਪਰ ਇਸ ਖੇਤਰ ਵਿੱਚ ਕਈ ਲੋਕਾਂ ਨੂੰ ਡਰ ਹੈ ਕਿ ਰਾਸ਼ਟਰਪਤੀ ਦੀ ਬਿਆਨਬਾਜ਼ੀ ਨਾਲ ਕੋਰੀਆਈ ਪ੍ਰਾਇਦੀਪ ਤੇ ਵਿਨਾਸ਼ਕਾਰੀ ਫੌਜੀ ਹਮਲੇ ਦਾ ਖਤਰਾ ਹੋਰ ਵੱਧ ਸਕਦਾ ਹੈ। ਜ਼ਿਕਰਯੋਗ ਹੈ ਕਿ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਵਿਚਾਲੇ ਇਸ ਤੋਂ ਪਹਿਲਾਂ ਤਿੱਖੀ ਬਹਿਸ ਵੀ ਹੋ ਚੁੱਕੀ ਹੈ। ਕਿਮ ਨੇ ਅਮਰੀਕਾ ਤੇ ਹਮਲੇ ਦੀ ਧਮਕੀ ਦਿੱਤੀ ਤਾਂ ਟਰੰਪ ਨੇ ਉੱਤਰੀ ਕੋਰੀਆ ਨੂੰ ਤਹਿਸ ਨਹਿਸ ਕਰਨ ਤੱਕ ਦੀ ਚੇਤਾਵਨੀ ਦੇ ਦਿੱਤੀ ਸੀ।